गुरु प्यारी सत्संग जीओ वड्डे भागां वाले जो हर रोज दी रोज श्री जपजी साहिब जी दी कथा दी सांझ पाने हैं। आओ अज मन्ने वाली जिहड़ियां पौड़ियां आरंभ कीतियां सी अज चौहां पौड़ियां दे विच्चों समाप्ति वाली पौड़ी दी आपां सांझ पाईए जी। सतगुरु जी बख्शिश करदे मन्ने पाव है मोख द्वार। जिहड़ा सतगुरां दे बाणे नूं मन्नदा सतगुरां दी नाम दी शक्ति नूं मन्नदा सुन के मन लैंदा ਉਹ ਮੁਕਤੀ ਦੇ ਦੁਆਰੇ ਨੂੰ ਪਾ ਲੈਂਦਾ ਜੀ। ਤੇ ਮੁਕਤੀ ਦਾ ਦੁਆਰਾ ਕਿਹੜਾ ਜੀ? ਸਤਿਗੁਰੂ ਜੀ ਕਹਿੰਦੇ ਜਿਹੜਾ ਜੀਂਦਾ ਮੁਕਤ ਨਹੀਂ ਹੋਇਆ ਉਹ ਮਰ ਕੇ ਵੀ ਕਦੀ ਹੋ ਨਹੀਂ ਸਕਦਾ। ਉਹ ਮਰ ਕੇ ਵੀ ਮੁਕਤ ਨਹੀਂ ਹੋ ਸਕਦਾ ਜੀ। ਮਰ ਕੇ ਮੁਕਤ ਉਹ ਹੋ ਸਕਦਾ ਜਿਹੜਾ ਜੀਂਦਾ ਵੀ ਹੋਇਆ। ਜੇ ਜੀਂਦੇ ਨਹੀਂ ਅਸੀਂ ਮੁਕਤ ਹੋਏ ਉਹ ਮਰ ਕੇ ਵੀ ਨਹੀਂ ਮੁਕਤ ਹੋ ਸਕਦੇ। ਸਤਿਗੁਰੂ ਜੀ ਕਹਿੰਦੇ ਜਿਹੜਾ ਜੀਂਦਾ ਪੂਰਾ ਨਹੀਂ ਹੋਇਆ ਉਹ ਮਰ ਕੇ ਵੀ ਪੂਰਾ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁਕਤੀ ਦਾ ਅਰਥ ਹੁੰਦਾ ਹੌਲੇ ਹੋ ਜਾਣਾ ਹਰ ਪਾਸਿਓਂ ਆਨੰਦ ਚ। ਜੀਂਦਿਆਂ ਨੂੰ ਆਨੰਦ ਨਹੀਂ ਆਇਆ ਮਰ ਕੇ ਕਿੱਥੇ ਆ ਜੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੀਂਦਿਆਂ ਨੂੰ ਅੱਜ ਤੱਕ ਆਨੰਦ ਆਇਆ ਤੇ ਮਰ ਕੇ ਕਿੱਦਾਂ ਆਊ ਵੀ ਸਾਨੂੰ ਆਨੰਦ? ਜੀਂਦੇ ਕਦੀ ਬੰਧਨਾਂ ਤੋਂ ਮੁਕਤ ਹੋਏ ਨਹੀਂ ਮਰ ਕੇ ਕਿੱਦਾਂ ਹੋਵਾਂਗੇ? ਇਹ ਤੋਂ ਸਮਝ ਆਉਂਦੀ ਸਾਨੂੰ ਮੁਕਤ ਜੀਂਦਿਆਂ ਨੂੰ ਹੋਣਾ ਪੈਣਾ ਫੇਰ ਹੀ ਮਰ ਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਇਹ ਬਣਨੀ ਆ ਕਿ ਸਾਨੂੰ ਇੱਕ ਨੰਬਰੀ ਰਹਿਣਾ ਪੈਣਾ। ਜੇ ਦੋ ਨੰਬਰੀ ਫਸ ਗਏ ਅੰਦਰਲਾ ਆਨੰਦ ਖਤਮ ਹੋ ਜਾਣਾ ਨਾਲ ਹੀ ਜਦੋਂ ਦੋ ਨੰਬਰੀ ਬਣ ਗਏ। ਜਿੰਨਾ ਚਿਰ ਅਸੀਂ ਇੱਕ ਨੰਬਰੀ ਨਹੀਂ ਬਣਦੇ ਜੀਦੇ ਮੁਕਤ ਨਹੀਂ ਹੋ ਸਕਦੇ। ਚੋਰਿਆ ਉਹ ਰਾਤ ਨੂੰ ਆਨੰਦ ਨਾਲ ਸੌ ਵੀ ਨਹੀਂ ਸਕਦਾ। ਪੁਲਿਸ ਨੂੰ ਦੇਖ ਲਿਆ ਜਿਹੜਾ ਇੱਕ ਨੰਬਰੀ ਆ ਉਹ ਆਪਣੇ ਆਨੰਦ ਵਿੱਚ ਖੜਾ, ਉਹਨੂੰ ਪਤਾ ਕਿ ਮੇਰਾ ਕੀ ਕਸੂਰ। ਪਰ ਜਿਹੜਾ ਖੋਟਾ ਆ ਉਹਨੂੰ ਡਰ ਪੈ ਜਾਣਾ ਕਿ ਤੇ ਮੈਨੂੰ ਨਾ ਫੜਨ ਆਏ ਹੋਣਾ। ਕੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਜਿਹੜਾ ਸਤਿਗੁਰਾਂ ਦੇ ਕਹਿਣੇ ਨੂੰ ਮੰਨਦਾ ਆ ਉਹ ਹੌਲਾ ਹੋ ਜਾਂਦਾ, ਜੀਂਦਾ ਹੀ ਮੁਕਤ ਹੋ ਜਾਂਦਾ। ਮੰਨੇ ਪਾਵੇ ਮੋਖ ਦੁਆਰ। ਜਿਹੜਾ ਮੰਨਦਾ ਆ ਜੀ ਉਹ ਇਸ ਦੁਆਰੇ ਨੂੰ ਮੁਕਤੀ ਦੇ ਦੁਆਰੇ ਨੂੰ ਪਾ ਲੈਂਦਾ। ਮੰਨੇ ਪਰਵਾਰ ਸਾਦਾ ਹਰ। ਜਿਹੜਾ ਮੰਨਦਾ ਆ ਉਹ ਆਪ ਤੇ ਧਾਰੀ ਜਾਂਦਾ ਆ, ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ। ਹੁਣ ਪਰਿਵਾਰ ਕਈ ਤਰ੍ਹਾਂ ਦਾ ਹੁੰਦਾ ਜੀ, ਪਰਿਵਾਰ ਕਈ ਤਰ੍ਹਾਂ ਦਾ ਜੀ। ਸਾਡਾ ਜਿਹੜਾ ਘਰੇਲੂ ਪਰਿਵਾਰ ਇਹ ਵੀ ਆ। ਤੇ ਸਿੱਧਾ ਨੇ ਪ੍ਰਸ਼ਨ ਕਰਤਾ ਕਹਿੰਦੇ ਜੀ ਜਿਹੜੇ ਸਾਧੂ ਹੁੰਦੇ ਵਿਆਹ ਹੀ ਨਹੀਂ ਕਰਾਉਂਦੇ ਉਹਨਾਂ ਦਾ ਪਰਿਵਾਰ ਕਿਹੜਾ? ਕਹਿੰਦੇ ਸਾਰੀ ਦੁਨੀਆ ਕੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਪਰਿਵਾਰ ਸਾਰੀ ਦੁਨੀਆ ਜੀ। ਸਾਰੀ ਦੁਨੀਆ ਉਹਨਾਂ ਦਾ ਪਰਿਵਾਰ ਆਉਂਦਾ। ਕਹਿੰਦੇ ਜੀ ਕਈ ਐਸੇ ਆ ਉਹ ਆਪਣੇ ਆਪ ਵਿੱਚ ਹੀ ਰਹਿੰਦੇ ਆ। ਸਤਿਗੁਰੂ ਕਹਿੰਦੇ ਦੁਨੀਆ ਵੀ ਪਰਿਵਾਰ ਆ ਸਾਧੂ ਦਾ, ਜਿਹੜਾ ਗ੍ਰਹਿਸਥੀ ਆ ਉਹਨਾਂ ਦਾ ਘਰ ਪਰਿਵਾਰ ਆ। ਤੇ ਇੱਕ ਹੋਰ ਪਰਿਵਾਰ ਹੁੰਦਾ ਸਿੱਧ, ਕਹਿੰਦੇ ਉਹ ਕਿਹੜਾ ਜੀ? ਸਤਿਗੁਰੂ ਕਹਿੰਦੇ ਆਪਣੀਆਂ ਅੱਖਾਂ,
ਆਪਣੇ ਕੰਨ, ਆਪਣਾ ਮੂੰਹ, ਇਹ ਜਿੰਨੇ ਵੀ ਇੰਦਰੇ ਨੇ ਆਪਣੇ, ਇਹ ਸਾਰੇ ਦੇ ਸਾਰੇ ਵੀ ਆਪਣਾ ਪਰਿਵਾਰ ਹੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਗ੍ਰਹਿਸਥੀ ਆਪਣੇ ਪਰਿਵਾਰ ਨੂੰ ਸੁਧਾਰ ਸਕਦਾ, ਨਾਮ ਦ੍ਰਿੜ ਕਰਵਾ ਸਕਦਾ, ਸੁਧੇ ਰਾਏ ਪਾ ਸਕਦਾ, ਨਾਮ ਰਸੀਆ ਨਾਮ ਨੂੰ ਮੰਨਣ ਵਾਲਾ, ਜੇ ਸਾਧੂ ਸੰਸਾਰ ਨੂੰ ਸਿੱਧੇ ਰਾਏ ਪਾ ਸਕਦਾ, ਤੇ ਇੱਕ ਜਿਹੜਾ ਪਰਿਵਾਰ ਇੰਦਰੇ ਆ ਸਾਡੇ, ਅਸੀਂ ਇਹਨੂੰ ਵੀ ਸੁਧਾਰ ਸਕਦੇ ਹਾਂ, ਇਹਨਾਂ ਨੂੰ ਵੀ ਸਿੱਧੇ ਰਾਏ ਪਾ ਸਕਦੇ, ਦੱਸ ਸਕਦੇ ਹਾਂ ਅੱਖਾਂ ਦਾ ਕੀ ਕੰਮ ਹੁੰਦਾ ਆ, ਭੈੜੇ ਦ੍ਰਿਸ਼ ਦੇਖਣੇ ਨਹੀਂ, ਭੈੜੇ ਦ੍ਰਿਸ਼ ਦੇਖਣੇ ਅੱਖਾਂ ਦਾ ਕੰਮ ਨਹੀਂ, ਭੈੜੇ ਗੰਦੇ ਗੀਤ ਸੁਣਨੇ, ਚੁਗਲੀਆਂ ਸੁਣਨੀਆਂ, ਨਿੰਦਿਆ ਸੁਣਨੀ, ਇਹ ਕੰਨਾਂ ਦਾ ਕੰਮ ਨਹੀਂ, ਹਰੀ ਦਾ ਜਸ ਸੁਣਨਾ, ਅੱਖਾਂ ਨਾਲ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨੇ, ਚੰਗੇ ਦਰਸ਼ਨ ਕਰਨੇ, ਚੰਗੇ ਦ੍ਰਿਸ਼ ਦੇਖਣੇ। ਅੱਛਾ ਜੀ, ਸਾਡੀ ਜੀਵਨ ਦਾ ਵੀ ਕੀ ਕੰਮ ਹੈ ਜੀ, ਨਿੰਦਿਆ ਚੁਗਲੀ ਕਰਨੀ, ਗੰਦੇ ਗੀਤ ਗਾਉਣੇ, ਨਹੀਂ, ਸਾਡੀ ਜੀਵਨ ਦਾ ਕੰਮ ਆ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਨੀ, ਨਾਮ ਨੂੰ ਜਪਣਾ, ਉਹਦੇ ਗੁਣਾਂ ਨੂੰ ਗਾਉਣਾ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਚਿਰ ਹਰ ਰਸ ਪੱਲੇ ਨਾ ਪਾਏ, ਇਹਦੀ ਪਿਆਸ ਬੁਝਣੀ ਨਹੀਂ ਜੀ, ਜਿੰਨਾ ਚਿਰ ਹਰੀ ਦੇ ਰਸ ਨੂੰ ਆਪਣੇ ਪੱਲੇ ਨਾਲ ਬੰਨ੍ਹਦੀ ਨਹੀਂ ਇਹਦੀ ਪਿਆਸ ਬੁਝ ਨਹੀਂ ਸਕਦੀ। ਇਹ ਨੇਤਰੋ ਮੇਰੇ ਵਾਰ ਤੂੰ ਮੈਂ ਜੋਤਰੀ ਹਰ ਬਿਨ ਅਵਰ ਨਾ ਦੇਖੋ ਕੋਈ, ਅੱਖਾਂ ਨੂੰ ਕੀ ਸਮਝਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਹਿੰਦੇ ਕਿ ਜੇ ਅੱਖਾਂ ਦੇ ਵਿੱਚ ਜੋਤ ਆ, ਦੇਖਣਾ ਤੂੰ ਹਰ ਪਾਸੇ ਹੀ ਆ, ਹਰ ਦੇ ਵਿੱਚ ਉਹਦੀ ਜੋਤ ਹੀ ਦੇਖੀ, ਹਰ ਇੱਕ ਦੇ ਵਿੱਚ, ਇਹ ਇਹਦੇ ਵਿੱਚ ਵੀ ਰੱਬ ਆ, ਮੇਰੀ ਭੈਣ ਵਿੱਚ ਵੀ ਰੱਬ ਆ, ਤੇ ਇਹ ਕਿਸੇ ਦੀ ਭੈਣ ਇਹਦੇ ਵਿੱਚ ਵੀ ਰੱਬ ਆ, ਜੇ ਮੇਰੀ ਭੈਣ ਮੇਰੀ ਲੱਗਦੀ ਇਹਦੀ ਭੈਣ ਵੀ ਮੇਰੀ ਲੱਗਦੀ, ਨਿਗਾਹ ਗੰਦੀ ਨਾ ਹੋਵੇ, ਆਪੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਸਤਿਗੁਰੂ ਜੀ ਅੱਗੇ ਸਮਝਾਉਂਦੇ ਆ ਕੰਨਾਂ ਬਾਰੇ ਵੀ, ਇਹ ਸਰਵਣ ਮੇਰੇ ਹੋ ਸੱਚੇ ਸੁਣਨੇ ਨੂੰ ਬਿਠਾਏ, ਨਿੰਦਿਆ ਚੁਗਲੀ ਸੁਣਨ ਥੋੜੋ ਆਏ, ਗੰਦੇ ਗੀਤ ਸੁਣਨ ਥੋੜੋ ਆਏ, ਸੱਚ ਸੁਣਨ ਵਾਸਤੇ ਕਹਿੰਦੇ ਆਏ, ਤੁਸੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸੱਚ ਸੁਣਨ ਵਾਸਤੇ ਆਏ। ਤੇ ਜੇ ਸੱਚ ਨਹੀਂ ਸੁਣ ਸਕਦੇ ਫਿਰ ਕਹਿੰਦੇ ਕੰਨਾਂ ਨੂੰ ਸੁਣਨ ਦਾ ਹੀ ਨਹੀਂ ਹੱਕ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸੁਣਨ ਦਾ ਹੱਕ ਹੀ ਨਹੀਂ ਜੀ। ਮੰਨੇ ਪਰਿਵਾਰ ਹੈ ਸਾਧਾਰ, ਇਸ ਸਾਡੇ ਇੰਦਰੇ ਵਾਲੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਜੀ ਰੱਬ ਦਾ ਪਿਆਰ, ਜਿਹੜਾ ਮਨ ਦਾ ਮੰਨੇ ਪਾਵੇ ਮੋਕ ਦੁਆਰ, ਮੰਨੇ ਪਰਿਵਾਰ ਹੈ ਸਾਧਾਰ, ਮੰਨੇ ਤਰੇ ਤਾਰੇ ਗੁਰ ਸਿੱਖ, ਜਿਹੜਾ ਮੰਨਦਾ ਪਰਮੇਸ਼ਰ ਦੇ ਨਾਮ ਨੂੰ ਜੀ, ਉਹ ਆਪ ਤੇ ਤਰਦਾ ਹੀ ਹੈ ਜੀ, ਉਹ ਜਿੰਨੇ ਉਹਦੇ ਸੰਗੀ ਸਾਥੀ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ, ਕੋ ਸਤਨਾਮ ਸ਼੍ਰੀ ਵਾਹਿਗੁਰੂ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ, ਉਹ ਗੁਰੂ ਤੇ ਤਰਿਆ ਹੀ ਹੁੰਦਾ ਜੀ, ਜਿਹਦੇ ਲੜ ਲੱਗੇ ਮੰਨੇ ਤਰੇ ਤਾਰੇ ਗੁਰ ਸਿੱਖ, ਤੇ ਉਸ ਗੁਰੂ ਦੇ ਚਰਨਾਂ ਵਿੱਚ ਜਿਹੜੇ ਗੁਰਸਿੱਖ ਪਿਆਰੇ ਆਉਂਦੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਪਹਿਲੀ ਤੋਂ ਆਪਾਂ ਸਮਝੀ ਸੀ ਨਾ ਮੰਨੇ ਪਰਿਵਾਰ ਹੈ ਸਾਧਾਰ, ਤੇ ਮੈਨੂੰ ਯਾਦ ਆ ਗਈ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਸੰਗਤਾਂ ਦਰਸ਼ਨ ਕਰਨ ਜਾਂਦੀਆਂ, ਦਰਿਆ ਪਾਰ ਕਰਕੇ ਜਾਂਦੀਆਂ, ਤੇ ਉੱਥੇ ਬੜੇ ਮਲਾਹ ਆ ਜੀ ਦਰਿਆ ਤੇ, ਇੱਕ ਉਹਨਾਂ ਦੇ ਵਿੱਚ ਹੈ ਸੈਦਾ ਮਲਾਹ, ਸੈਦਾ ਇੰਨਾ ਗਰੀਬ ਆ, ਗੁਰੂ ਕੀਆਂ ਸੰਗਤਾਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਸੁਣੀ, ਮਨ ਵਿੱਚ ਆ ਉੱਠਿਆ ਸਤਿਗੁਰਾਂ ਦੇ ਦਰਸ਼ਨ ਕਰਾਂ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਾਂ, ਮਨ ਵਿੱਚ ਇਹ ਚਾਅ ਜਾ ਗਿਆ, ਸੰਗਤਾਂ ਨੂੰ ਕਿਹਾ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੁੰਦਾ, ਸੰਗਤਾਂ ਕਹਿੰਦੀਆਂ ਆ ਜਾ ਨਾਲ ਹੀ ਤੁਰਪਾ, ਕਹਿੰਦਾ ਮੈਂ ਜਾ ਨਹੀਂ ਨਾ ਸਕਦਾ, ਮੇਰੇ ਬੱਚੇ ਭੁੱਖੇ ਮਰਨਗੇ, ਮੈਂ ਗਰੀਬ ਬਹੁਤ ਹਾਂ,
ਬੱਚੇ ਭੁੱਖੇ ਮਰਨਗੇ, ਮੈਂ ਬੜਾ ਗਰੀਬ ਆ, ਜੋ ਕਮਾਉਣਾ ਉਹ ਹੀ ਖਾਂਦਾ। ਇੱਕ ਵਾਰ ਸਿਆਣਾ ਸੀ, ਉਹ ਕਹਿੰਦੇ ਫਿਰ ਹੋਰ ਕੰਮ ਕਰ। ਕਹਿੰਦੇ ਕਿਹੜਾ? ਤੂੰ ਇੱਥੇ ਬੈਠਾ ਯਾਦ ਕਰ ਲਿਆ ਕਰ ਸਤਿਗੁਰਾਂ ਨੂੰ, ਸਤਿਗੁਰੂ ਇੱਥੇ ਦਰਸ਼ਨ ਦੇਣ ਆ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਤੈਨੂੰ ਪਿਆਰੇ ਇੱਥੇ ਦਰਸ਼ਨ ਦੇਣ ਆਉਣਗੇ, ਤੂੰ ਯਾਦ ਕਰ ਲਿਆ ਕਰ ਇੱਥੇ ਬਹਿ ਕੇ। ਲੈ ਉਧਰ ਤੋਂ ਯਾਦ ਕਰਨਾ ਸ਼ੁਰੂ ਕਰਤਾ ਸੰਗਤਾਂ, ਨਾਲੇ ਦਰਿਆ ਤੋਂ ਪਾਰ ਕਰਾਉਣਾ, ਨਾਲੇ ਸੰਗਤਾਂ ਨਾਲ ਗੁਰੂ ਦੀਆਂ ਵਿਚਾਰਾਂ ਕਰਨੀਆਂ, ਨਾਲੇ ਹਰ ਰੋਜ਼ ਆਵਾਜ਼ਾਂ ਮਾਰਨੀਆਂ, ਸਤਿਗੁਰੂ ਜੀ ਜਲਦੀ ਆ ਜਾ ਦਰਸ਼ਨ ਦੇਣ। ਹੁਣ ਜਿਹੜਾ ਮਨ ਉਦਾਸ ਬਹੁਤਾ ਰਹਿੰਦਾ, ਜਿੱਦਾਂ ਦਿਨ ਵਧੀ ਜਾਂਦੇ ਵਿਰਾਗ ਵਧੀ ਜਾਂਦਾ। ਕੋਲ ਹੀ ਕੱਖਾਂ ਦੀ ਕੁੱਲੀ ਬਣਾਈ ਸੀ ਉਹਨੇ ਆਪਣੇ ਬੈਠਣ ਵਾਸਤੇ, ਉਹਦੇ ਵਿੱਚ ਬੈਠ ਕੇ ਇੱਕ ਦਿਨ ਇੰਨਾ ਵਿਰਾਗ ਵਿੱਚ ਆਇਆ, ਪੁਕਾਰਾਂ ਕਰ ਲਿਆ ਸਤਿਗੁਰਾਂ ਦੇ ਚਰਨਾਂ 'ਚ। ਅੰਦਰੋਂ ਅਰਦਾਸ ਹੋਈ, ਖੁਦਾ ਮਨਜ਼ੂਰ ਕਰਤਾ ਹੈ ਦੁਆ, ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਿਲ ਤੋ ਜੇ ਹੈ, ਜੇ ਮੁਸ਼ਕਿਲ ਸੇ ਹੋਤੀ ਹੈ। ਸਤਿਗੁਰੂ ਕਹਿੰਦੇ ਚਲੋ ਵੀ ਆਪਾਂ ਦਰਿਆ ਦੇ ਕਿਨਾਰੇ ਸੈਰ ਕਰਨ ਜਾਣਾ। ਸਾਰੇ ਮਲਾਹ ਜਿੰਨੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਜ ਸਤਿਗੁਰਾਂ ਨੇ ਆਉਣਾ ਇੱਧਰ, ਗੁਰਸਿੱਖ ਪਿਆਰਿਆਂ ਨੇ। ਸਾਰਿਆਂ ਨੇ ਆਪਣੀਆਂ ਬੇੜੀਆਂ ਸ਼ਿੰਗਾਰ ਲਈਆਂ, ਇਹਦੀ ਬੇੜੀ ਪੁਰਾਣੀ ਵੀ ਸ਼ਿੰਗਾਰੀ ਵੀ ਨਹੀਂ, ਆਪਣੇ ਕੁਟੀਆਂ ਦੇ ਵਿੱਚ ਬੈਠਾ, ਕੁੱਲੀ ਦੇ ਵਿੱਚ ਬੈਠਾ, ਨਾਮ ਜਪ ਰਿਹਾ। ਨਾਮ ਜਪ ਰਿਹਾ, ਸਤਿਗੁਰੂ ਜੀ ਆ ਗਏ। ਸਤਿਗੁਰੂ ਜੀ ਆ ਕੇ ਕਹਿੰਦੇ ਵੀ ਆਪਾਂ ਹੁਣ ਬੇੜੀ 'ਚ ਬਹਿ ਕੇ ਸੈਰ ਵੀ ਕਰਨੀ ਹੈ। ਸਤਿਗੁਰਾਂ ਦੇ ਪਿਆਰੇ ਕਹਿੰਦੇ ਜੀ ਆਹ ਬੇੜੀਆਂ ਖੜੀਆਂ। ਆ ਜਾਓ ਜੀ ਆਪਾਂ, ਜਿਹੜੀ ਤੁਹਾਨੂੰ ਪਸੰਦ ਆਈ ਬੇੜੀ ਉਹ 'ਚ ਹੀ ਬਹਿ ਜਾਣਾ। ਸਾਰੇ ਮਲਾਹ ਆਪਣੀਆਂ ਬੇੜੀਆਂ ਕੋਲ ਖੜੇ, ਸਤਿਗੁਰੂ ਜੀ ਆਹ ਦੇਖੋ ਮੈਂ ਸ਼ਿੰਗਾਰੀ ਪਈ ਆ ਬੇੜੀ, ਇਹਦੇ ਵਿੱਚ ਆ ਕੇ ਬਹਿ ਜਾਓ। ਆਹ ਸਤਿਗੁਰੂ ਜੀ ਮੇਰੀ ਬੇੜੀ ਆ, ਸਾਰੀਆਂ ਦੇਖ ਲਈਆਂ, ਅਖੀਰ ਤੇ ਖੜੀ ਸੀ ਸੈਦੇ ਮਲਾਹ ਦੀ ਬੇੜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੈਦੇ ਮਲਾਹ ਦੀ ਬੇੜੀ ਖੜੀ ਸੀ, ਸਤਿਗੁਰੂ ਕਹਿੰਦੇ ਆਹ ਕਹਿੰਦੇ ਕਹਿੰਦੇ ਜੀ ਸੈਦੇ ਦੀ, ਇਹ ਤੇ ਸ਼ਿੰਗਾਰੀ ਵੀ ਨਹੀਂ ਜੀ, ਕਹਿੰਦੇ ਹੈ ਕਿੱਥੇ? ਕਹਿੰਦੇ ਆਪਣੀ ਕੁੱਲੀ ਵਿੱਚ ਬੈਠਾ। ਕਹਿੰਦੇ ਉਹਨੂੰ ਬਸ ਉਹਨੂੰ ਹੀ ਮਿਲਣਾ। ਗੁਰਸਿੱਖ ਪਿਆਰੇ ਕਹਿੰਦੇ ਸਤਿਗੁਰੂ ਜੀ ਅਸੀਂ ਲਿਆਈਏ ਬੁਲਾ ਕੇ। ਸਤਿਗੁਰੂ ਕਹਿੰਦੇ ਉਹਨੂੰ ਤੇ ਮਿਲਣ ਵਾਸਤੇ ਆਏ ਹਾਂ, ਜੇ ਇੱਥੇ ਤੱਕ ਆ ਗਿਆ ਹੁਣ ਆਵਾਜ਼ ਵੀ ਆਪੇ ਮਾਰਾਂਗੇ। ਸਤਿਗੁਰਾਂ ਨੇ ਆਵਾਜ਼ ਦਿੱਤੀ ਸੈਦਿਆ, ਅੰਦਰੋਂ ਆਵਾਜ਼ ਦੀ ਕੌਣ? ਕਹਿੰਦੇ ਜਿਹਨੂੰ ਯਾਦ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਯਾਦ ਕਰਦਾ ਪਿਆਰਿਆ ਉਹ ਆ ਸੀ, ਬਾਹਰ ਆਇਆ ਚਰਨਾਂ ਤੇ ਢਹਿ ਪਿਆ, ਸਤਿਗੁਰੂ ਜੀ ਆ ਗਏ ਆ। ਕਹਿੰਦੇ ਤੂੰ ਕਿੱਦਾਂ ਪਛਾਣਿਆ? ਕਹਿੰਦੇ ਜੀ ਸੰਗਤਾਂ ਕੋਲ ਤੁਹਾਡੀ ਵਡਿਆਈ ਸੁਣਦਾ ਹੁੰਦਾ ਸੀ, ਸਤਿਗੁਰੂ ਜੀ ਉਹਨਾਂ ਦਾ ਸਰੂਪ ਕਿੱਦਾਂ ਦਾ, ਉਹ ਦਸਤਾਰ ਕਿੱਦਾਂ ਦੀ ਸਜਾਉਂਦੇ ਆ, ਉਹਨਾਂ ਦਾ ਦਾੜਾ ਕਿੱਦਾਂ ਦਾ, ਕਲਗੀ ਕਿੱਦਾਂ ਦੀ ਆ, ਉਹ ਮੈਂ ਆਪਣੇ ਮਨ ਵਿੱਚ ਸਰੂਪ ਵਸਾਇਆ ਹੋਇਆ ਸੀ, ਤੇ ਜਿਹੜਾ ਮਨ ਵਿੱਚ ਵਸਾਇਆ ਸੀ ਅੱਜ ਮੇਰੇ ਸਾਹਮਣੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਮੇਰੇ ਸਾਹਮਣੇ ਆ ਜੀ ਉਸ ਸਤਿਗੁਰੂ ਕਹਿੰਦੇ ਚੱਲ ਵੀ ਸੈਰ ਤੇ ਕਰਾ। ਸਤਿਗੁਰੂ ਵੀ ਬਹਿ ਗਏ ਉਹਦੀ ਬੇੜੀ ਵਿੱਚ, ਸਾਰੇ ਗੁਰਸਿੱਖ ਪਿਆਰੇ ਵੀ ਬਹਿ ਗਏ, ਸੇਵਾਦਾਰ ਜਿਹੜੇ ਨਾਲ ਆਏ ਸੀ। ਹੁਣ ਸੈਰ ਕਰਾਉਣ ਲੱਗ ਪਿਆ ਸੈਦਾ ਮਲਾ ਕਿਨਾਰੇ ਤੇ। ਜਦੋਂ ਬੇੜੀ ਤੋਰੀ ਸਵੇਰ ਦੇ ਬੈਠੇ ਸਤਿਗੁਰੂ ਜੀ ਬੈਠ ਨਾਲ ਹੀ ਸਿੰਘ ਆ, ਸੈਦਾ ਮਲਾ ਸਤਿਗੁਰਾਂ ਵੱਲੋਂ ਦੇਖੀ ਜਾਂਦਾ ਆ। ਕਿਨਾਰੇ ਨਹੀਂ ਲਾਉਂਦਾ ਬੇੜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਸੈਦਿਆ ਸ਼ਾਮਾਂ ਪੈ ਗਈਆਂ, ਸਵੇਰ ਦੇ ਬੈਠੇ ਹੁਣ ਤੇ ਕਿਨਾਰੇ ਲਾ ਦੇ। ਕਹਿੰਦਾ ਸਤਿਗੁਰੂ ਜੀ ਦਰਸ਼ਨ ਕਰਕੇ ਰੱਜ ਨਹੀਂ ਆਉਂਦਾ, ਮੇਰਾ ਹਜੇ ਅੰਦਰ ਰੱਜਿਆ ਨਹੀਂ, ਮੈਨੂੰ ਪਤਾ ਜਦੋਂ ਕਿਨਾਰੇ ਲਾਤੀ ਬੇੜੀ ਤੇ ਤੁਸੀਂ ਚਲੇ ਜਾਣਾ ਉਤਰ ਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਿੱਤ ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਮੇਰਾ ਚਿੱਤ ਕਰਦਾ ਮੈਂ ਤੈਨੂੰ ਥੱਕੀ ਜਾਵਾਂ, ਚਿੱਤ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਜੀ, ਤੇਰੇ ਵਿੱਚੋਂ ਰੱਬ ਵੇਖ ਦਿਸਦਾ, ਚੱਪੂ ਮਾਰਾਂ ਬੇੜੀ ਨਾ ਬੰਨੇ ਲਾਵਾਂ ਜੀ, ਤੇਰੇ ਵਿੱਚੋਂ ਰੱਬ ਦਿਸਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਿਗੁਰੂ ਕਹਿੰਦੇ ਨਹੀਂ ਵੀ ਸ਼ਾਮਾਂ ਪੈ ਗਈਆਂ, ਹੁਣ ਬੰਨੇ ਲਾ ਦੇ ਬੇੜੀ। ਜਦੋਂ ਬੇੜੀ ਬੰਨੇ ਲਾਈ, ਸਤਿਗੁਰੂ ਕਹਿੰਦੇ ਕੀ ਭੇਟਾ ਬਣੀ ਵੀ? ਕਹਿੰਦੇ ਸਤਿਗੁਰੂ ਜੀ, ਆਪਣਾ ਦੋਵਾਂ ਦਾ ਇੱਕੋ ਹੀ ਕੰਮ ਹੈ, ਇੱਕ ਦੂਸਰੇ ਤੋਂ ਭੇਟਾ ਆਪਾਂ ਕੀ ਲੈਣੀ? ਜਿਨ੍ਹਾਂ ਦਾ ਇੱਕੋ ਹੀ ਕੰਮ ਹੋਵੇ ਉਹ ਭੇਟਾ ਥੋੜੋ ਲੈਂਦੇ। ਸਤਿਗੁਰੂ ਜੀ ਜਾਣੀ ਜਾਣੇ ਆ, ਫਿਰ ਵੀ ਪੁੱਛਦੇ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ। ਸਤਿਗੁਰੂ ਕਹਿੰਦੇ ਇੱਕੋ ਹੀ ਕੰਮ ਕਿੱਦਾਂ ਆਪਣਾ ਬਈ? ਕਹਿੰਦਾ ਸਤਿਗੁਰੂ ਜੀ ਤੁਸੀਂ ਬਹੁਤੇ ਵੱਡੇ ਮੱਲਾ, ਮੈਂ ਛੋਟਾ ਜਿਹਾ ਮੱਲਾ, ਮੈਂ ਛੋਟਾ ਜਿਹਾ ਦਰਿਆ ਪਾਰ ਕਰਾਉਣਾ, ਤੁਸੀਂ ਸੰਸਾਰ ਸਮੁੰਦਰ ਤੋਂ ਹੀ ਪਾਰ ਕਰ ਦਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਸਮੁੰਦਰ ਤੋਂ ਹੀ ਸਤਿਗੁਰੂ ਜੀ ਤੁਸੀਂ ਪਾਰ ਕਰ ਦਿੰਦੇ ਆ, ਇੰਨੀਆਂ ਬਖਸ਼ਿਸ਼ਾਂ ਤੁਹਾਡੀਆਂ, ਮਲਾਹ ਤੁਸੀਂ ਵੀ ਮੈਂ ਵੀ, ਹੁਣ ਮੈਂ ਨੀ ਤੁਹਾਡੇ ਕੋਲ ਭੇਟਾ ਲੈਂਦਾ, ਜਦੋਂ ਅੰਤ ਸਮਾਂ ਮੇਰਾ ਆਇਆ ਤੁਸੀਂ ਭੇਟਾ ਨਾ ਲਿਓ, ਲੇਖੇ ਜੋ ਕਿ ਬਈ ਤੁਸੀਂ ਨਾ ਫਸਾਇਓ, ਇੱਦਾਂ ਹੀ ਪਾਰ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਵੀ ਨਹੀਂ ਇੱਦਾਂ ਨੀ ਠੀਕ, ਤੂੰ ਸਾਨੂੰ ਇਕੱਲੇ ਨੂੰ ਥੋੜੋ ਪਾਰ ਕੀਤਾ, ਅਸੀਂ ਤੇ ਕਈ ਜਾਣੇ ਸੀ, ਤੇ ਤਰੇਂਗਾ ਤੂੰ ਇਕੱਲਾ ਹੀ? ਨਹੀਂ ਨਹੀਂ ਨਹੀਂ, ਗਿਣਤੀ ਕਰੋ ਵੀ ਕਿੰਨੇ। ਕਹਿੰਦੇ ਇੱਕ ਸਤਿਗੁਰਾਂ ਦਾ ਪਿਆਰਾ ਕਹਿੰਦਾ ਸਤਿਗੁਰੂ ਜੀ ਤੁਹਾਡੇ ਸਮੇਤ 21 ਜਾਣੇ ਆ ਜੀ। ਸਤਿਗੁਰੂ ਕਹਿੰਦੇ 21 ਸਿੰਘਾਂ ਨੂੰ ਤੂੰ ਪਾਰ ਲੰਘਾਇਆ, ਮੈਂ 21 ਕੁੱਲਾਂ ਤਾਰੂ ਤੇਰੀ, ਤੂੰ 21 ਨੂੰ ਪਾਰ ਕੀਤਾ, ਤੇਰੀਆਂ 21 ਕੁੱਲਾਂ ਤਰਨਗੀਆਂ, ਮੰਨੇ ਪਰਵਾਰ ਹੈ ਸਾਧਾਰ, 21 ਕੁੱਲਾਂ ਤਰੀਆਂ, ਚਰਨਾਂ ਤੇ ਟਹਿ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਰਨਾਂ ਤੇ ਢਹਿ ਪਿਆ ਸਤਿਗੁਰੂ ਬੇਅੰਤ ਆ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿੰਦੇ ਜਿਹੜਾ ਮੰਨ ਲੈਂਦਾ ਉਹਦੀਆਂ, ਉਹਦੇ ਪਰਿਵਾਰ ਦਾ ਵੀ ਨਾਲੇ ਸੁਧਾਰ ਕਰ ਲੈਂਦਾ। ਹੁਣ ਪਰਿਵਾਰ ਤੁਹਾਨੂੰ ਦੱਸ ਦਿੱਤੇ ਆ, ਇਹ ਵੀ ਪਰਿਵਾਰ ਆ, ਦੁਨੀਆ ਵੀ ਪਰਿਵਾਰ ਆ, ਸਾਡੇ ਇੰਦਰੇ ਵੀ ਪਰਿਵਾਰ ਆ। ਮੰਨੇ ਪਰਿਵਾਰ ਹੈ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਐਸੇ ਬੜੇ ਪਿਆਰੇ ਹੋਏ ਆ ਜਿਹੜੇ ਗੁਰੂ ਚਰਨੀ ਲੱਗ ਕੇ ਜਿਨ੍ਹਾਂ ਦਾ ਪਾਰ ਉਤਾਰਾ ਹੋਇਆ, ਤਰ ਗਿਆ ਸੰਸਾਰ ਸਮੁੰਦਰ ਤੋਂ। ਐਸੇ ਵੀ ਹੋਏ ਆ ਜਿਨ੍ਹਾਂ ਦਾ ਗੁਰੂ ਭਾਵੇਂ ਪਖੰਡੀ ਸੀ ਪਰ ਚੇਲੇ ਪੂਰੇ ਸੀ, ਉਹਨਾਂ ਨੇ ਗੁਰੂ ਹੀ ਤਾਰਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲੀ ਪੌੜੀ ਦੇ ਵਿੱਚ ਆਪਾਂ ਸੁਣੀ ਨਾ ਸਾਖੀ, ਗੁਰੂ ਚੋਰ ਸੀ ਪਰ ਜਿਹੜਾ ਰਾਜਾ ਚੇਲਾ ਜਿਹੜਾ ਬਣਿਆ ਸੀ ਉਹ ਪੂਰਾ ਸੀ, ਰੱਬ ਮਿਲ ਗਿਆ ਤੇ ਗੁਰੂ ਨੂੰ ਵੀ ਨਾਲ ਹੀ ਮਿਲ ਗਿਆ ਨਾ, ਗੁਰੂ ਦਾ ਵੀ ਪਾਰ ਉਤਾਰਾ ਕਰਾਤਾ, ਭਾਵੇਂ ਚੋਰ ਹੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਧੰਨਾ ਜੀ ਦੀ ਗੱਲ ਕਰੀਏ ਤੇ ਜਿਹੜਾ ਪੰਡਿਤ ਮੰਦਿਰ ਵਿੱਚ ਰਹਿੰਦਾ ਸੀ, ਜਿਹੜਾ ਉਹਨੇ ਪੱਥਰ ਦਿੱਤਾ ਸੀ ਉਹ ਠਾਕੁਰ ਸ਼ਾਲਗ੍ਰਾਮ ਪੱਥਰ ਨਹੀਂ ਸੀ, ਮਿਰਚ ਮਸਾਲੇ ਰਗੜਨ ਵਾਲਾ ਸੀ। ਪਰ ਜਦੋਂ ਮਿਲਿਆ ਰੱਬ ਧੰਨੇ ਜੀ ਨੂੰ ਉਹਦੇ ਵਿੱਚੋਂ ਹੀ, ਤੇ ਫਿਰ ਗੁਰੂ ਵੀ ਧਾਹਾਂ ਮਾਰ ਮਾਰ ਰੋਂਦਾ ਧੰਨੇ ਦੇ ਕੋਲ, ਧੰਨਿਆ ਮੈਨੂੰ ਵੀ ਦਰਸ਼ਨ ਕਰਾ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਨੇ ਧੰਨਾ ਜੀ ਪੂਰੇ ਸੀ, ਗੁਰੂ ਅਧੂਰਾ ਸੀ, ਪਰ ਚੇਲਾ ਇੰਨਾ ਪੂਰਾ ਸੀ ਉਹਨੇ ਗੁਰੂ ਵੀ ਤਾਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਕਰਦੇ, ਇੱਦਾਂ ਦੀਆਂ ਖੇਡਾਂ ਸਤਿਗੁਰੂ ਜੀ ਵਰਤਾਉਂਦੇ ਆ ਬਈ, ਵਰਤਾਉਂਦੇ ਐਸੀਆਂ ਖੇਡਾਂ। ਮੰਨੇ ਤਰੇ ਤਾਰੇ ਗੁਰ ਸਿੱਖ, ਜਿਹੜਾ ਮੰਨ ਲੈਂਦਾ ਉਹ ਗੁਰੂ ਵੀ ਤਰ ਜਾਂਦਾ ਤੇ ਉਹ ਗੁਰੂ ਦੇ ਸਿੱਖ ਵੀ ਤਰ ਜਾਂਦੇ, ਉਹਦੇ ਚੇਲੇ ਵੀ ਤਰ ਜਾਂਦੇ। ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਭਵੇ ਨਾ ਭਿੱਖ। ਉਹਨੂੰ ਭਾਉਣਾ ਨੀ ਪੈਂਦਾ, 84 ਲੱਖ ਜੂਨਾਂ ਵਿੱਚ ਭੱਜਣਾ ਨੀ ਪੈਂਦਾ, ਥਾਂ ਥਾਂ ਤੇ ਭੜਕਣਾ ਨੀ ਪੈਂਦਾ ਜੀ। ਉਹ ਭਟਕਣਾ ਤੋਂ ਬਚ ਜਾਂਦਾ, ਭਿਖਾਰੀਆਂ ਵਾਂਗੂ ਕਦੀ ਕੁੱਤੇ ਦੀ ਜੂਨ ਤੇ ਕਦੀ ਬਿੱਲੇ ਦੀ ਜੂਨ, ਕਦੀ ਕੋਈ ਜੂਨ ਤੇ ਕਦੀ ਕੋਈ ਜੂਨ, ਤੇ ਉਹਨੂੰ ਦਰ ਦਰ ਤੇ ਭੀਖ ਵੀ ਨਹੀਂ ਮੰਗਣੀ ਪੈਂਦੀ। ਮੰਨੇ ਨਾਨਕ ਭਵੇ ਨਾ ਭਿੱਖ, ਉਹਨੂੰ ਘੁੰਮ ਘੁੰਮ ਕੇ ਭੀਖ ਨਹੀਂ ਘਰ ਘਰ ਜਾ ਕੇ ਮੰਗਣੀ ਪੈਂਦੀ, ਘਰ ਘਰ ਦਾ ਭਿਖਾਰੀ ਨਹੀਂ ਬਣਦਾ ਜਿਹੜਾ ਰੱਬ ਦੇ ਹੁਕਮ ਨੂੰ, ਰੱਬ ਦੇ ਨਾਮ ਨੂੰ ਮੰਨ ਲੈਂਦਾ, ਉਹ ਤੇ ਰਾਜਾ ਹੁੰਦਾ ਬਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤੇ ਅਸਲੀ ਰਾਜਾ ਹੁੰਦਾ।
ऐसा नाम निरंजन होए। देखो इतनी नाम की बड़ियाई है जिहड़ा कलंक कालक तो रहत है उन्होंने तो इनिया बख्शिशा होंदिया जिहड़े इस नाम नूं मानदे आ। पर जे को मन जाणे मन कोए, जे को मन जाणे मन कोए, जे कोई मनो मन लवे उहदे हुकम नूं, उहदे नाम की वड्याई नूं कोई मनो मन लवे, फिर बख्शिशा होंदिया प्यार बख्शिशा भी बेअंत होंदिया। इह सतगुरां ने ਸਾਨੂੰ ਮੰਨਣ ਵਾਲੀਆਂ ਪੌੜੀਆਂ ਦੇ ਵਿੱਚ ਬੜੀ ਸੋਚੀ ਦਿੱਤੀ ਸਤਿਗੁਰਾਂ ਨੇ, ਬੜੇ ਤਰੀਕਿਆਂ ਨਾਲ ਸਮਝਾਇਆ ਪਿਆਰਿਆ। ਜਿਹੜਾ ਮੰਨ ਲੈਂਦਾ ਉੱਥੇ ਆਹ ਵੀ ਬਖਸ਼ਿਸ਼ ਹੁੰਦੀ ਹੈ, ਜਿਹੜਾ ਮੰਨ ਲੈਂਦਾ ਉੱਥੇ ਆਹ ਵੀ ਬਖਸ਼ਿਸ਼ ਹੁੰਦੀ ਹੈ, ਜਿਹੜਾ ਮੰਨ ਲੈਂਦਾ ਉਹ ਏਦਾਂ ਵੀ ਧਰਦਾ, ਉਹ ਪਰਿਵਾਰ ਵੀ ਧਾਰ ਲੈਂਦਾ ਆਪਣਾ, ਇੰਦਰੀਆਂ ਵਾਲਾ ਪਰਿਵਾਰ। ਜਿਹਨਾਂ ਨੇ ਜਨਮ ਦਿੱਤਾ ਮਾਪਿਆਂ ਨੇ ਉਹਨਾਂ ਨੂੰ ਵੀ, ਭੈਣਾਂ ਭਰਾਵਾਂ ਨੂੰ ਵੀ, ਧੀਆਂ ਪੁੱਤਾਂ ਨੂੰ ਵੀ ਤਾਰ ਲੈਂਦਾ। ਕਈ ਐਸੇ ਪਿਆਰੇ ਆ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹੜਾ ਉਹਨਾਂ ਦੇ ਚਰਨੀ ਲੱਗਦਾ ਭਾਵੇਂ ਜਗਤ ਹੀ ਲੱਗ ਜਾਵੇ ਜਗਤ ਹੀ ਤਰ ਜਾਂਦਾ, ਕੋ ਸਤਨਾਮ ਸ੍ਰੀ ਵਾਹਿਗੁਰੂ, ਜਗਤ ਦਾ ਹੀ ਪਾਰ ਉਤਾਰਾ ਕਰ ਦਿੰਦੇ ਆ। ਪਰ ਹੈ ਨਾਮ ਦੀ ਵਡਿਆਈ ਜਿਹੜਾ ਨਾਮ ਨੂੰ ਮੰਨ ਲੈਂਦਾ। ਸੋ ਅਗਲੀ ਪੌੜੀ ਦੀ ਆਪਾਂ ਕੱਲ ਨੂੰ ਸਾਂਝ ਪਾਵਾਂਗੇ ਜੀ, ਹੁਣ ਇੱਥੇ ਹੀ ਸਮਾਪਤੀ ਹੋਈ ਹੈ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਕਿਰਪਾ ਕਰਨ ਅੱਗੇ ਤੋਂ ਸਮਾਤ ਸੋਝੀ ਬਖਸ਼ਿਸ਼ ਕਰਨ। ਆਓ ਹੁਣ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।